ਇਹਦਨੇ ਸੰਦੂਕ ਦਿੰਦੇ ਸੀ ਨਾ ਮਾਂ ਪਿਓ ਵਿਆਹ ਤੇ ਇਹਦਨੇ ਸੀਸੇ ਨਾਲ ਮੂੰਹ ਵੇਖਦੀਆਂ ਸੀ ਵਿਚਾਰੀਆਂ ਇਹਦਨੇ ਪੱਗ ਬੰਨਦੇ ਇਹਦਨੇ ਸਿਰ ਬੰਨਦੇ ਚੀਰ ਕੱਢਦੀਆਂ ਵਿਚਾਰੀਆਂ ਸਾਡੇ ਵਰਗੀਆਂ हेलो फ्रेंड्स सत श्री अकाल नमस्ते आदाब राम राम जय माता दी कैसे हो सब स्वागत है थोड़ा सारे दा मेरे चैनल रूप ब्लॉगर ते। तो फ्रेंड आज देखो मौसम कितना वधिया है ते आज अपना दिल कर रहा सी थोड़ी जी आउटिंग हो जाए बाहर कितने अपना थोड़ी जी ट्रिप मनाउन चले हैं ते ओ साडे लागे ही इत्थे एक बनी है फिल्म सिटी आपां कोशिश करदे हां तुहानू वी दिखाउण दी ते आओ आपां चलदे हां उत्थे आपां फिल्म सिटी च एक ना एरिया बनिया जिवें फिल्म सिटी नहीं कह सकदे एक होटल ही आ तो उहदे विच फिल्मां वी बनदियां उहनां ने पंजाबी जिवें विरसा सांभिया होया पंजाबी जिवें पहलां पुराने पिंड नहीं हुंदे सी उदां एक पिंड बनाया ते उह तुहानू आपां दिखाउने आ आपां चलदे हां जी अज घूमण फिरन वास्ते हुण उत्थे पहुंच गए फिर आपां तुहानू दिखाउने आ जी आप हम पहुँच चुके हैं फिल्म सिटी जिथे आप पहुँचना सी इतने बहुत सोहने रूम भी बने आ स्विमिंग पूल आ कई कुछ बने तुहानू आप दिखाने सारा कुछ उन्हां दी परमिशन लैके आप हम अंदर आ गए हैं जी तुहानू दिखाने भी इन्होंने किवें पंजाबी विरसा सारा सांभिया ये देखो जिहड़े पिछे रूम बने ने सब ए सी रूम ने देसी चक्कियां ने जिहड़े हाथ नाल चलदियां हुंदियां माता जी ने आपदा चरखा रस्सी पा के ऐ करके इथों ना दुध रिड़क दियां बीबियां दुध रिड़के लालटेन इलेक्ट्रॉनिक है जा सूरज वाली होगी ना ये जी लालटेन पहला जी छत्तां दे नाल टंग दिंदे सीगे पुराने जमाने च बल्ब नहीं हुंदे सी उदों ये जगदियां सी इहनूं लालटेन बोलदे ने अजकल तो इलेक्ट्रॉनिक भी आ गए इस ते डिश टीवी वगैरह पई ये पुरानियां बीबियां दे संदूक हुंदे सीगे ਜਿਵੇਂ ਬਾਅਦ 'ਚ ਪੇਟੀਆਂ ਚੱਲ ਗਈਆਂ ਅਲਮਾਰੀਆਂ ਅਤੇ ਅੱਜ ਕੱਲ੍ਹ ਦੇ ਕੱਬੜ ਬਣ ਜਾਂਦੇ ਵਿੱਚ ਹੀ ਕੱਬੜ ਬਣ ਜਾਂਦੇ ਆ ਕਮਰਿਆਂ 'ਚ ਇਹ ਪਹਿਲਾਂ ਸੀਗੇ ਪੁਰਾਣੀਆਂ ਬੀਬੀਆਂ ਦੇ ਕੱਬੜ ਬੋਲੋ ਅਲਮਾਰੀ ਬੋਲੋ ਪੇਟੀ ਬੋਲੋ ਇਹਨੂੰ ਸੰਦੂਕ ਬੋਲਦੇ ਨੇ ਇਹ ਸੰਦੂਕ ਹੀ ਹੁੰਦਾ ਇਹ ਸੰਦੂਕ ਇਹਦਾ ਸਿਰਫ ਇੰਨਾ ਕੁ ਰਸਤਾ ਹੁੰਦਾ ਜੀ ਇੱਥੇ ਨਾ ਸ਼ੀਸ਼ੇ ਲੱਗੇ ਹੁੰਦੇ ਸੀ ਇੰਨੇ ਸ਼ੀਸ਼ੇ ਦੇ ਮੂੰਹ ਵੇਖਣ ਹੁੰਦਾ ਸੀਗਾ ਜਿਹੜਾ ਕੋਈ ਸ਼ੀਸ਼ੇ ਨਹੀਂ ਹੁੰਦੇ ਨਹੀਂ ਹੁੰਦੇ ਇਹਦੇ ਨੇ ਸੰਦੂਕ ਦਿੰਦੇ ਸੀ ਨਾ ਮਾਂ ਪਿਓ ਵਿਆਹ ਨੂੰ ਤੇ ਇਹਦਨੇ ਸੀਸੇ ਨਾਲ ਮੂੰਹ ਵੇਖਦੀਆਂ ਸੀ ਵਿਚਾਰੀਆਂ ਇਹਦਨੇ ਪੱਗ ਬੰਨਦੇ ਇਹਦਨੇ ਸਿਰ ਬੰਨਦੇ ਚੀਰ ਕੱਢਦੀਆਂ ਵਿਚਾਰੀਆਂ ਸਾਡੇ ਵਰਗੀਆਂ ਆ ਦੇਖੋ ਇਹ ਸਾਰਾ ਸਮਾਨ ਦੇਖ ਕੇ ਇਦਾਂ ਘੁੰਮ ਫਿਰ ਕੇ ਆਇਆ ਲੱਗਦਾ ਜਿਵੇਂ ਆਪਾਂ ਨਾ ਕਿ ਪਿੰਡ ਦੇ ਘਰ ਚ ਆ ਗਏ ਹੁੰਨੇ ਆ ਇਦਾਂ ਪਹਿਲਾਂ ਕੁੱਕਰ ਦੇ ਖੰਡ ਬੜੇ ਹੁੰਦੇ ਨਾ ਆਲੇ ਵਾਲੇ ਹਾਂ ਉਹ ਵਾਲਾ ਬਣਿਆ ਪੌੜੀਆਂ ਦੇ ਥੱਲੇ ਉਹ ਕੁੱਕੜਾ ਵਾਲੇ ਆ ਜਿਹੜਾ ਹੈ ਇਹ ਕੁੱਕੜਾ ਲਾਲ ਹੈ ਇਹਦਾ ਨਾ ਦਰਵਾਜ਼ਾ ਵੇਖੋ ਇੱਧਰ ਇੱਧਰ ਦੀ ਇਹ ਕੁੱਕੜ ਰੱਖਣ ਨੂੰ ਬਣਾਇਆ ਹੁੰਦਾ ਸੀ ਪਹਿਲਾਂ ਉਧਰ ਦੀ ਜਾਲੀ
ये देखो ये सारा मिट्टी ला के किवें है, कितना सोहना बनाया, जिवें आपां किसे विहड़े दे विच खड़े हुंदे ना, कितना सोहना लग रहा है। ये पिछे आ सारा जिहड़ा पिंड जिहा बणिया, उहदे पिछली साइड ते पार्क आ, बहुत सोहणी बैठण नूं जगह बणी हुई आ, होटल आ इक, उहनां ने शिप जिहा बणाउणा शुरू कीता इक। ये देखो ये बहुत सोहणी जगह, इत्थे सारा इहनां ने पाणी भर देणा ते उह शिप वगैरा जिहा बना रहे, कोई अजे अंडर प्रोसैस ही है, पूरा तैयार नहीं होया। ਤੇ ਉਧਰ ਪੂਲ ਆ, ਉਧਰ ਕਿਸੇ ਦੀ ਪਾਰਟੀ ਚੱਲਦੀ ਆ, ਉਹ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ। ਸਾਡਾ ਮਨ ਕੀਤਾ ਸੀ ਅੱਜ ਅਸੀਂ ਚਾਹ ਘਰੋਂ ਹੀ ਲੈ ਕੇ ਆਏ ਸੀਗੇ, ਸਾਰਾ ਕੁਝ ਖਾਣ ਪੀਣ ਨੂੰ ਘਰੋਂ ਹੀ ਵੀ ਪਿਕਨਿਕ ਰਸਤੇ 'ਚ ਮਨਾਵਾਂਗੇ। ਹੁਣ ਉਹੀ ਆ ਦੇਖੋ, ਇਹ ਨਾ ਜੰਗਲ ਆ, ਐ ਸ਼ਾਂਤੀ ਆ, ਪੂਰੀ ਸ਼ਾਂਤੀ ਆ ਦੇਖੋ ਜੰਗਲ ਦੇ ਵਿੱਚ। ਤੇ ਇੱਥੇ ਆਪਾਂ ਹੁਣ ਲੱਗੇ ਹਾਂ ਆਪਣੀ ਚਾਹ ਟੀ ਪਾਰਟੀ ਕਰਨ, ਹੈ ਨਾ। ਇੱਥੇ ਆਪਾਂ ਲੱਗੇ ਹੁਣ ਆਪਣੀ ਟੀ ਪਾਰਟੀ ਕਰਨ ਵਿਦ ਲੱਡੂ ਮੋਤੀ ਚੂਰ ਦੇ। ਇਹ ਦੇਖੋ ਇਹ ਸਾਡੀ ਟੀ ਪਾਰਟੀ ਇੱਥੇ ਹੁਣ ਲੱਗੀ ਆ, ਅਤੇ ਅਸੀਂ ਇੱਥੇ ਹੁਣ ਆਪਣੀ ਚਾਹ ਦਾ ਇੰਜੋਏ ਕਰਾਂਗੇ, ਸਾਰੇ ਜਣੇ ਕਰਨਗੇ। ਮੈਂ ਤਾਂ ਤੁਹਾਨੂੰ ਪਤਾ ਚਾਹ ਨਹੀਂ ਪੀਂਦੀ, ਬਟ ਇਹ ਸਾਰੇ ਜਣੇ ਆਪਣੀ ਇਹ ਪਾਰਟੀ ਕਰਨਗੇ। ਇਹ ਦੇਖੋ, ਇਹ ਦੇਖੋ, ਇਹ ਸਾਰਾ ਬਾਂਸ ਦਾ ਜੰਗਲ ਆ। ਦੇਖੋ ਦੂਰ ਦੂਰ ਤੱਕ ਤੁਹਾਨੂੰ ਬਾਂਸ ਦੇਖਦੇ ਹੋਣ, ਵਿੱਚ ਦੂਜੇ ਦਰਖਤ ਵੀ ਨੇ ਬਟ ਜ਼ਿਆਦਾ ਬਾਂਸ ਨੇ, ਸਾਰੇ ਬਾਂਸ ਨੇ, ਜਿਹਨੂੰ ਬੰਬੂ ਵੀ ਬੋਲਦੇ ਨੇ। ਇਹ ਨੇ ਸਾਰੇ ਬਾਂਸਾਂ ਦਾ ਜੰਗਲ ਜਿਹਦੇ ਵਿੱਚ ਆਪਾਂ ਚਾਹ ਦਾ ਇੰਜੋਏ ਕਰਨ ਲੱਗੇ ਹਾਂ। ਆਹ ਦੇਖਿਓ ਵਿਦ ਲੱਡੂ ਮੋਤੀ ਚੂਰ ਦੇ, ਇਹ ਦੇਖੋ ਇਹ ਤੁਹਾਡੇ ਲਈ, ਤੁਸੀਂ ਵੀ ਆਓ ਤੇ ਆਪਾਂ ਪਾਰਟੀ ਕਰੀਏ। ਇਹ ਮੋਤੀ ਚੂਰ ਦੇ ਲੱਡੂ ਵਿਦ ਬਿਸਕੁਟ, ਆਹ ਜੀ ਸਾਡੇ ਬਿਸਕਿਟ, ਬੱਚੇ ਜਿਹੜੇ ਆ ਉਹ ਬਿਸਕਿਟ ਖਾਣਗੇ, ਬਾਕੀ ਸਭ ਇਹ ਖਾਣਗੇ ਲੱਡੂ। ਚਲੋ ਹੁਣ ਆਪਾਂ ਚਾਹ ਦਾ ਇੰਜੋਏ ਕਰ ਲੈਂਦੇ ਹਾਂ, ਇੱਥੇ ਆਪਾਂ ਪਿਕਨਿਕ ਮਨਾਉਂਦੇ ਹਾਂ, ਮਿਲਦੇ ਆਪਾਂ ਥੋੜ੍ਹੀ ਦੇਰ ਤੱਕ, ਪਹਿਲਾਂ ਆਪਾਂ ਚਾਹ ਦਾ ਇੰਜੋਏ ਕਰ ਲੈਂਦੇ ਹਾਂ ਇੱਥੇ। ਮੌਸਮ ਠੰਡਾ ਹੁੰਦਾ ਨਾ ਤੇ ਫਿਰ ਬਹੁਤ ਜ਼ਿਆਦਾ ਇੰਜੋਏ ਕਰਨਾ ਸੀ, ਇਹਦੇ ਨਾ ਥੋੜਾ ਘੁੱਟ ਜਿਹਾ ਜਿਹਨੂੰ ਕਹਿੰਦੇ ਬੱਦਲ ਸੀਗੇ, ਹਾਂ ਜਦੋਂ ਅਸੀਂ ਨਿਕਲੇ ਸੀ ਉਦੋਂ ਪੂਰਾ ਮੌਸਮ ਬਹੁਤ ਵਧੀਆ ਸੀ, ਅਸੀਂ ਕਿਹਾ ਚਲੋ ਬਾਹਰ ਨਿਕਲ ਕੇ ਇੰਜੋਏ ਕਰਦੇ ਹਾਂ ਕਿਤੇ। ਜਦੋਂ ਘਰੋਂ ਅਸੀਂ ਨਿਕਲੇ ਸੀ ਉਦੋਂ ਮੌਸਮ ਬਹੁਤ ਵਧੀਆ ਸੀਗਾ, ਅਸੀਂ ਕਿਹਾ ਚਲੋ ਚੱਲਦੇ ਹਾਂ ਆਪਾਂ ਬਾਹਰ ਕਿਤੇ ਇੰਜੋਏ ਕਰਦੇ ਹਾਂ ਅੱਜ, ਪਰ ਹੁਣ ਨਾ ਫਿਰ ਧੁੱਪ ਜੀ ਚੜ੍ਹ ਗਈ, ਗੁੰਮ ਜਿਹਾ ਹੋ ਗਿਆ ਨਾ, ਜਿਵੇਂ ਹਵਾ ਜਮਾਂ ਹੀ ਬੰਦ ਹੋਈ ਪਈ ਆ, ਅਤੇ ਬਹੁਤ ਜ਼ਿਆਦਾ ਗਰਮੀ ਵੀ ਲੱਗ ਰਹੀ ਹੈ, ਪਰ ਫਿਰ ਵੀ ਆਪਾਂ ਥੋੜ੍ਹਾ ਫਨ ਸ਼ਨ ਕਰਾਂਗੇ ਇੱਥੇ, ਫਿਰ ਉਸ ਤੋਂ ਬਾਅਦ ਆਪਾਂ ਘਰੇ ਜਾਂਦੇ ਹਾਂ। ਤੁਹਾਨੂੰ ਇਹ ਦੇਖੋ ਜੀ ਮੈਨੂੰ ਕੀ ਲੱਭਿਆ, ਇਹ ਆ ਜੀ ਸਾਡੀ ਜੰਗਲ ਦੀ ਬੰਦੂਕ ਆ, ਦੇਖੋ ਟਿਸ਼ੂ, ਇਹ ਜੰਗਲੀ ਬੰਦੂਕ, ਬੇਨਗੋਲੀ ਤੋਂ ਚੱਲਦੀ ਆ, ਬੇਨਗੋਲੀ ਤੋਂ ਟਿਸ਼ੂ ਹੋ ਜਾਂਦੇ। ਗੁੱਡੂ ਕਿੱਦਾਂ ਦਾ ਲੱਗਦਾ ਜੰਗਲ 'ਚ ਚਾਹ ਪੀਣਾ? ਬਹੁਤ ਸੁੰਦਰ ਲੱਗਦਾ, ਰੋਜ਼ ਆ ਜਾਇਆ ਕਰ ਤੂੰ ਇੱਥੇ ਇਕੱਲੀ, ਪਹਿਲਾਂ ਨਹੀਂ ਡਰਦੀ ਆ, ਬਹੁਤ ਰੁਪੋਕ ਆ, ਪਹਿਲਾਂ ਆ ਜਾਇਆ ਕਰੇਂਗੇ ਇੱਥੇ ਜੰਗਲ ਦੇ ਵਿੱਚ ਚਾਹ ਪੀਣ, ਪਹਿਲਾਂ ਆਇਆ ਕਰੇਂਗਾ, ਹਾਂ ਗੰਨ ਲੈ ਕੇ ਆਇਆ ਕਰੋ ਗੁੱਡੂ, ਕਿੱਦਾਂ ਆਇਆ ਕਰੇਂਗਾ ਇੱਥੇ ਜੰਗਲ 'ਚ ਇਕੱਲਾ? ਗੰਨ ਲੈ ਕੇ ਆਇਆ ਕਰੋ। ਅੱਛਾ ਗੰਨ ਨੂੰ ਕਿਵੇਂ ਚਲਾਏਂਗਾ ਮੁੜ ਕੇ? ਕੋਈ ਜੰਗਲੀ ਜਾਨਵਰ ਆ ਗਿਆ ਉਹਨਾਂ ਨੇ ਤੈਨੂੰ ਹਾਊ ਕਰਕੇ ਖਾ ਜਾਣਾ, ਡਰ ਨੀ ਆਉ ਤੈਨੂੰ, ਉਹਨਾਂ ਨੇ ਇੱਕੋ ਹੀ ਐਂ ਚੱਕੀ ਕਰਨੀ ਤੇਰੀ, ਐਂ ਕਰਕੇ ਫੜ ਕੇ ਤੈਨੂੰ ਖਾ ਜਾਣਾ ਸ਼ੇਰ ਨੇ, ਸ਼ੇਰ ਆ ਗਿਆ ਜੰਗਲ 'ਚ ਤੇ ਫਿਰ ਕੀ ਕਰੇਗਾ? ਵੱਡੇ ਜੰਗਲ 'ਚ ਹੁੰਦੇ ਆ, ਤੇ ਕਿਹੜਾ ਛੋਟਾ ਜੰਗਲ ਆ, ਜੰਗਲ 'ਚ ਹੁੰਦੇ ਪੂਰੇ। ਇਹ ਦੇਖੋ ਜਿਹੜੀ ਜੰਗਲ ਜੰਗਲ ਬਾਹਰ ਚੱਲੀ ਹੈ ਨਾ, ਉਂਗਲੀ ਨਹੀਂ ਫੜਦਾ ਹੁੰਦਾ, ਇਹ ਵੇਲ ਦੇਖੋ ਐਂ ਫੜਦਾ ਹੁੰਦਾ ਨਾ, ਇੱਧਰ ਦਰਖਤ 'ਤੇ ਫਿਰ ਦੂਜੇ ਦਰਖਤ 'ਤੇ, ਇਹ ਆ ਵੇਲ, ਜੰਗਲ ਜੰਗਲ ਬਾਹਰ ਚੱਲੀ ਹੈ ਪਤਾ ਚੱਲਾ ਹੈ।
ਬੱਚੇ ਬਾਹਰ ਅੱਜ ਨਿਕਲ ਕੇ ਕਿੰਨਾ ਇੰਜੋਏ ਕਰਦੇ ਅੱਜ ਤਾਂ ਮੂੰਗਲੀ ਬਣੇ ਪਏ ਨੇ ਸਾਰੇ ਹਨਾ ਜਿਵੇਂ ਤੁਹਾਨੂੰ ਮੈਂ ਵਿਖਾਈ ਇੱਦਾਂ ਦੇਖੋ ਬਹੁਤ ਲਮਕਦੀਆਂ ਇੱਥੇ ਜੰਗਲ 'ਚ ਆ ਰੱਸੀਆਂ ਦੀਆਂ ਅਤੇ ਹੁਣ ਗਰਮੀ ਵੀ ਕਾਫੀ ਹੋ ਗਈ ਹੈ ਤਾਂ ਆਪਾਂ ਹੁਣ ਘਰ ਨੂੰ ਚੱਲਦੇ ਹਾਂ ਇੱਧਰੋਂ ਆਏ ਆਪਾਂ ਦੇਖੋ ਹੁਣ ਆ ਦੇਖੋ ਇੱਧਰਲੀ ਸਾਈਡ ਤੋਂ ਅਸੀਂ ਜੰਗਲ 'ਚੋਂ ਆਏ ਹਾਂ ਆਪਣੀ ਆਊਟਿੰਗ ਕਰਕੇ ਸਾਰੀ ਆਪਣੀ ਪਿਕਨਿਕ ਮਨਾਈ ਚਾਹ ਪੀਤੀ ਮੋਤੀ ਚੂਰ ਦੇ ਲੱਡੂ ਖਾਧੇ ਤੇ ਹੁਣ ਆਪਾਂ ਬਸ ਇੱਥੇ ਇੰਜੋਏ ਆਪਣਾ ਬਹੁਤ ਕੀਤਾ ਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਕਿਉਂਕਿ ਗਰਮੀ ਬਹੁਤ ਹੋ ਗਈ ਆ ਤੇ ਸਾਡੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਿਹੜੀ ਤੁਹਾਨੂੰ ਅਸੀਂ ਫਿਲਮ ਸਿਟੀ ਉਹ ਹੋਟਲ ਸਾਰਾ ਦਿਖਾਇਓ ਸਾਨੂੰ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰ ਦਿਓ ਜੇ ਤੇ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਜੀ ਮੇਰੇ ਚੈਨਲ ਰੂਪ ਵਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੇ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਹੁਣ ਇੱਥੇ ਆਪਾਂ ਵੀਡੀਓ ਦਾ ਕਰਦੇ ਐਂਡ ਤੇ ਜੰਗਲ ਦਾ ਕਰਦੇ ਇੰਜੋਏ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਲਈ ਬਾਏ।